हाँ जी सर करिए आप जी का लैसा मंड करके चेहरे दिख रहे सारे थोड़ा सारे का बहुत बहुत स्वागत है। मैं थोनू नौ बारह से अज की दो कैबिनेट मीटिंग जड़िया हुई पंजाब सरकार ने कैबिनेट के जो फैसले ले हैं उन्हां बारे जानकारी देने वास्ते अज बुलाया। सो एक कोई भी जिमीदार या जमीन जिदी भी हैगी है वो पंजाब दे विच अगे साड़ी सरकार आ जिहड़ी हुण मौजूदा इसदे आउण तों पहलां जे कोई मिट्टी चकदा सी तां रॉयल्टी लगदी सी रॉयल्टी वाले आ जांदे सी। हुण इह काम बिलकुल खत्म हो गया है। कैबिनेट दे विच भी असीं पास कर दित्ता है 3 फुट तक कोई भी अपनी मिट्टी फ्री ऑफ कॉस्ट चला चक सकदा, किसी मंजूरी की लोड़ नहीं, कोई रॉयल्टी नहीं लगनी, कोई माइनिंग पॉलिसी नहीं लगनी, उन्हां पर माइनिंग पॉलिसी खत्म कर दी। इस तों अलावा जिहड़े पट्ठे वाले आ ਉਹ ਜਿਹੜੀ ਜ਼ਮੀਨ ਵਿੱਚੋਂ ਇੱਟਾਂ ਬਣਾਉਂਦੇ ਆ ਉਹਦੇ ਪਰ ਟੈਕਸ ਲੱਗਦਾ ਸੀ, ਮਾਈਨਿੰਗ ਦੀ ਪਾਲਿਸੀ ਲੱਗਦੀ ਸੀ, ਐਸੀ ਉਹਨਾਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦਿੱਤਾ ਹੈ। ਪੱਠੇ ਵਾਲਿਆਂ ਨੂੰ ਕੋਈ ਰੋਇਲਟੀ ਨਹੀਂ ਲੱਗੇਗੀ, ਕੋਈ ਜਾ ਕੇ ਤੰਗ ਨਹੀਂ ਕਰੇਗਾ, ਆਪਣੀ ਇੱਟਾਂ ਬਣਾਉਣ ਵਾਸਤੇ ਜ਼ਿਮੀਦਾਰ ਤੋਂ ਮਿੱਟੀ ਖਰੀਦ ਕੇ ਜ਼ਿਮੀਦਾਰ ਦੇ ਪੈਸੇ ਦੇ ਕੇ ਉਹ 3 ਫੁੱਟ ਤੱਕ ਜਦ ਮਰਜ਼ੀ ਚੱਕ ਸਕਦੇ, ਕਿਸੇ ਨੂੰ ਕੋਈ ਰੋਕ ਨਹੀਂ ਹੈ। ਤੇ ਅੱਜ ਵੀ ਪੱਠੇ ਵਾਲਿਆਂ ਨੇ ਮੇਰਾ ਆ ਕੇ ਇੱਕ ਪ੍ਰੋਗਰਾਮ ਦੇ ਵਿੱਚ ਧੰਨਵਾਦ ਕੀਤਾ ਹੈ, ਮੈਨੂੰ ਸਨਮਾਨ ਵੀ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਪੱਠੇ ਵਾਲਿਆਂ ਨੂੰ ਬਚਾ ਲਿਆ ਹੈ, ਇਹਦੇ ਨਾਲ ਇੱਟਾਂ ਵੀ ਸਸਤੀਆਂ ਹੋਣਗੀਆਂ, ਰੋਇਲਟੀ ਖਤਮ ਹੋ ਗਈ ਹੈ, ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅਗਲਾ ਸਾਡਾ ਜਿਹੜਾ ਫੈਸਲਾ ਸਫਾਈ ਸੇਵਕ ਤੇ ਸੀਵਰਮੈਨ ਤੇ ਕੰਟਰੈਕਟ ਤੇ ਲੱਗੇ ਨਗਰ ਨਿਗਮਾਂ ਤੇ ਮਿਊਂਸੀਪਲ ਕਮੇਟੀਆਂ ਦੇ ਕਰਮਚਾਰੀ ਉਹਨਾਂ ਨੂੰ ਸਰਕਾਰ ਨੇ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ। ਜਿਹੜੇ ਕੰਟਰੈਕਟ ਬੇਸ ਤੇ ਲੱਗੇ ਹੋਏ ਆ ਉਹਨਾਂ 'ਚ 10 ਸਾਲ ਵਾਲੀ ਸ਼ਰਤ ਨਹੀਂ ਹੋਏਗੀ। ਉਹਨਾਂ ਨੂੰ ਪਿਛਲੀ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਫੈਸਲਾ ਹੋਇਆ ਸੀ, ਉਹਨਾਂ ਨੇ ਲਾਗੂ ਨਹੀਂ ਸੀ ਕੀਤਾ, ਅਸੀਂ ਉਸ ਫੈਸਲੇ ਨੂੰ ਲਾਗੂ ਕਰ ਰਹੇ ਹਾਂ। ਮਿਊਂਸੀਪਲ ਕਮੇਟੀਆਂ ਦੇ ਵਿੱਚ ਸੀਵਰਮੈਨ, ਸਫਾਈ ਸੇਵਕ ਜਾਂ ਕਰਮਚਾਰੀ ਕੰਟਰੈਕਟ ਬੇਸ ਤੇ ਜਿਹੜੇ ਲੱਗੇ ਹੋਏ ਉਹਨਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ, ਜਿਹੜੇ ਆਊਟਸੋਰਸ ਲੱਗੇ ਹੋਏ ਉਹਨਾਂ ਨੂੰ ਕੰਟਰੈਕਟ ਤੇ ਕੀਤਾ ਜਾ ਰਿਹਾ ਹੈ। ਇਹ ਪੰਜਾਬ ਸਰਕਾਰ ਨੇ ਫੈਸਲਾ ਕਰ ਦਿੱਤਾ ਹੈ, ਮਿਊਂਸੀਪਲ ਕਮੇਟੀਆਂ ਨੇ ਮਤਾ ਪਾ ਕੇ ਭੇਜਣਾ ਹੈ, ਉਹ ਲਾਗੂ ਹੋ ਜਾਏਗਾ। ਇਸ ਕਰਕੇ ਜੇ ਕਿਸੇ ਮਿਊਂਸੀਪਲ ਕਮੇਟੀ ਨੇ ਮਤਾ ਨਹੀਂ ਪਾਇਆ, ਵੈਸੇ ਤਾਂ ਸਾਰਿਆਂ ਨੇ ਪਾ ਦਿੱਤਾ ਹੈ, ਉਹ ਆਪਣਾ ਪਾ ਕੇ ਭੇਜ ਦੇਣ। ਸਫਾਈ ਕਰਮਚਾਰੀ, ਸੀਵਰਮੈਨ, ਟਰੈਕਟਰਾਂ ਦੇ ਲੱਗੇ ਡਰਾਈਵਰ ਜਿਹੜੇ ਕੂੜਾ ਢੋਂਦੇ ਹੈ ਜਾਂ ਗੱਡੀਆਂ ਦੇ ਉੱਪਰ ਜਿਹੜੇ ਕੂੜਾ ਢੋਂਦੇ ਹੈ ਉਹਨਾਂ ਨੂੰ ਪੱਕਾ ਕਰਨ ਦਾ ਫੈਸਲਾ ਸਰਕਾਰ ਨੇ ਕਰ ਲਿਆ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ 10ਵੀਂ ਤੱਕ ਪਾਸ ਹੋਵੇ, ਇਹ ਪਹਿਲਾਂ ਸਰਕਾਰ ਦੇ ਵਿੱਚ ਤਾਂ ਸੀਗਾ ਲੇਕਿਨ ਕਾਰਪੋਰੇਸ਼ਨ ਬੋਰਡਾਂ ਵਿੱਚ ਨਹੀਂ ਸੀ, ਬਾਕੀ ਜਿਹੜੇ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਉਹਨਾਂ ਵਿੱਚ ਨਹੀਂ ਸੀ, ਉਹਨਾਂ ਵਿੱਚ ਵੀ ਸਰਕਾਰ ਨੇ ਫੈਸਲਾ ਲੈ ਲਿਆ ਕਿ ਕਿਸੇ ਨੇ ਨੌਕਰੀ ਲੱਗਣਾ ਹੈ ਤਾਂ 10ਵੀਂ ਤੱਕ ਪੰਜਾਬੀ ਪਹਿਲਾਂ ਪਾਸ ਹੋਣੀ ਚਾਹੀਦੀ ਤਾਂ ਉਹਨੂੰ ਨੌਕਰੀ ਮਿਲੇਗੀ। ਇਹਦੇ ਨਾਲ ਜਿਹੜੇ ਬਾਹਰ ਤੋਂ ਆ ਕੇ ਨੌਕਰੀ ਭਾਲਦੇ ਆ ਉਹਨਾਂ ਨੂੰ ਰੋਕ ਕੇ ਪੰਜਾਬੀਆਂ ਨੂੰ ਹੀ ਨੌਕਰੀ ਮਿਲੇਗੀ। ਪਾਣੀ ਦੇ ਏਰੀਅਰ ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਨੋਟੀਫਿਕੇਸ਼ਨ ਹੋ ਗਈ ਸੀ, ਪਿੰਡਾਂ ਦੇ ਵਿੱਚ ਕਨਫਿਊਜ਼ਨ ਸੀਗੀ, ਅਸੀਂ ਕਲੀਅਰ ਕਰ ਦਿੱਤਾ ਹੈ ਕੈਬਨਿਟ ਦੇ ਵਿੱਚ ਕਿ
पुराने बकाए पानी दे जेड़े पिंडां दे विच खड़े सी उन्हां नूं पंजाब सरकार ने माफ कर दिता है। पुराने बकाए देने की लोड़ नहीं, अगे नूं 50 रुपये फ्लैट रेट से बिल आएगा पिंडां दे विच ते शहरां दे विच। पहला पिंडां दे विच 160 रुपया सी, शहरां दे विच 105 रुपये तो लेके 250 रुपये तक पानी का बिल सी। हुण पिंडां ते शहरां दा फ्लैट रेट 50 रुपये बिल आएगा, पुराने बकाए माफ है। जिहड़ी नरमे की फसल का नुकसान होया उहदा पंजाब सरकार ने 12,000 रुपया मुआवजा भेजिया। किसानों का एजिटेशन चल रहा सी, उगराहां ग्रुप ते दूसरे किसान साडे नाल आए सी मिलन। असी फैसला किया सी उहनां दे नाल कि असी 17,000 रुपया जिहड़ा मुआवजा कर दांगे। कैबिनेट ने क्लीयर कर दिता है, 12,000 डीसियां कोल चले गए, 5,000 असी होर भेजांगे। कैबिनेट का फैसला हो गया, नरमे का मुआवजा जिहड़ा उह 17,000 रुपया प्रति एकड़ मिलेगा जिन्हां दी फसल 75% तो उपर खराबा होया। अज कैबिनेट ने एक बहुत ही अच्छा फैसला लिया है, जिहड़ा इकनोमिकली वीकर सैक्शन है लगभग 400 एकड़ दे विच पंजाब दे विच लुधियाणा जलंधर अमृतसर मोहाली 25,000 नवे घर बना के दिते जाणगे। बहुत ही उहदे विच जमीन की कीमत जिन्हों मकान देना उहदी उहतो नहीं लैनी है, सरकार ने सिर्फ जिहड़ी उपर कंस्ट्रक्शन होनी है उहदी कीमत है जिहड़ी उह लैनी है, लेकिन वह भी बैंक दे नाल कॉन्ट्रैक्ट कर लिया है। लगभग 4,000 रुपया प्रति महीना किस्त ते 25,000 मकान ऐसी 25,000 लोगों नूं दवांगे बना के। उस दा अज कैप्टन ने फैसला कर लिया है, 400 एकड़ जमीन की शनाख्त कर ली असी, साडे कोल है ते असी उहदे च बनाउण लगे हां। ਇਹਦੀਆਂ ਦਰਖਾਸਤਾਂ ਲੈ ਕੇ ਲਾਟਰੀ ਸਿਸਟਮ ਨਾਲ ਦਿੱਤਾ ਜਾਏਗਾ। 28 ਨਵੇਂ ਅਦਾਰੇ ਹੈਲਥ ਇੰਸਟੀਟਿਊਸ਼ਨ ਨੂੰ ਅਪਗ੍ਰੇਡ ਕੀਤਾ ਹੈ ਤੇ ਉਹਦੇ ਵਾਸਤੇ 775 ਨਵੀਆਂ ਅਸਾਮੀਆਂ ਦੀ ਰਚਨਾ ਕਰਨ ਦਾ ਪ੍ਰਸਤਾਵ ਅੱਜ ਕੈਬਨਿਟ ਨੇ ਸਰਕਾਰ ਨੇ ਪਾਸ ਕਰ ਦਿੱਤਾ ਹੈ ਤੇ 28 ਨਵੇਂ ਅਦਾਰਿਆਂ ਨੂੰ ਅਸੀਂ ਅਪਗ੍ਰੇਡ ਕਰ ਰਹੇ ਹਾਂ, ਜਿਹਦੇ ਵਿੱਚ ਬਹੁਤ ਸਾਰੇ ਹੁਣ ਲਿਸਟ ਮੇਰੇ ਕੋਲ ਹੈਗੀ ਹੈ, ਜੇ ਚਾਹੋ ਤਾਂ ਬੋਲ ਵੀ ਦਿੰਦਾ। ਇਹਦੇ ਵਿੱਚ ਲੋਕੋ ਕੇ ਮੌੜ ਮੰਡੀ, ਜਲਾਲਾਬਾਦ, ਖਮਾਣੋ, ਬਸੀ ਪਠਾਣਾ, ਜੈਤੋਂ, ਬਟਾਲਾ, ਢਕੌਲੀ, ਲਹਿਰਾ ਗਾਗਾ, ਮੋਰਿੰਡਾ ਦੇ ਕਮਿਊਨਿਟੀ ਸੈਂਟਰ ਹੈਲਥ ਸੈਂਟਰ ਨੂੰ ਸਬ ਡਿਵੀਜ਼ਨ ਹਸਪਤਾਲ ਬਣਾ ਕੇ ਅਪਗ੍ਰੇਡ ਕਰ ਦਿੱਤਾ ਗਿਆ ਹੈ। ਪ੍ਰਾਇਮਰੀ ਹੈਲਥ ਸੈਂਟਰ ਧਰਮਕੋਟ ਨੂੰ ਅਪਗ੍ਰੇਡ ਕੀਤਾ ਗਿਆ ਹੈ। ਸਿੰਘੋਵਾਲ ਗੁਰਦਾਸਪੁਰ ਦੇ ਵਿੱਚ, ਰਾਜਾ ਝਾਂਸੀ ਅੰਮ੍ਰਿਤਸਰ ਦੇ ਵਿੱਚ, ਭਗੜਾਣਾ ਫਤਿਹਗੜ੍ਹ ਸਾਹਿਬ ਦੇ ਵਿੱਚ, ਕਾਲਾ ਅਫਗਾਨਾ ਗੁਰਦਾਸਪੁਰ ਦੇ ਵਿੱਚ, ਢਿੱਲਵਾਂ ਕਪੂਰਥਲਾ ਦੇ ਵਿੱਚ, ਕੀਰਤਪੁਰ ਸਾਹਿਬ, ਮੁੱਲਾਪੁਰ ਦਾਖਾਂ, ਝਾਂਡੀਆਂ ਕਲਾਂ, ਗੜ੍ਹਦੀਵਾਲਾ, ਘੜੂਆਂ, ਬੋਪਾ ਰਾਏ, ਬਰਨਾਲਾ ਦੇ ਵਿੱਚ, ਹੰਡਿਆਏ, ਖੰਡੂਜ, ਫਾਜ਼ਿਲਕਾ 'ਚ, ਨਡਾਲਾ ਕਪੂਰਥਲਾ 'ਚ, ਬਹਿਣੀਵਾਲ ਮਾਨਸਾ 'ਚ, ਸਨੌਰ ਪਟਿਆਲਾ 'ਚ ਅਤੇ ਪੱਖੋ ਕਲਾਂ, ਇਹਨਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਮੋਰਿੰਡੇ ਦੇ ਵਿੱਚ ਇੱਕ ਟਰੋਮਾ ਸੈਂਟਰ ਪਾਸ ਕੀਤਾ ਗਿਆ ਹੈ। ਇਸੇ ਤਰ੍ਹਾਂ 229 ਸਕੂਲਾਂ ਨੂੰ ਅੱਜ ਅਸੀਂ ਅਪਗ੍ਰੇਡ ਕਰ ਰਹੇ ਹਾਂ, ਮਿਡਲ ਤੋਂ ਹਾਈ ਜਾਂ ਹਾਈ ਤੋਂ ਹਾਈ ਸੈਕੰਡਰੀ, ਇਹ 229 ਸਕੂਲ ਹੈ। ਇਸ ਤੋਂ ਇਲਾਵਾ ਪਿੱਛੇ ਜੇ ਅਸੀਂ ਥ੍ਰੀ ਵੀਲਰ ਵਾਲਿਆਂ ਨੂੰ ਮਿਲੇ ਸੀ ਲੁਧਿਆਣੇ ਦੇ ਵਿੱਚ, ਟੈਕਸੀ ਵਾਲਿਆਂ ਨੂੰ ਮਿਲੇ ਸੀ, ਉਹਨਾਂ ਦਾ ਪਿਛਲੇ 7 ਮਹੀਨੇ ਦਾ ਜਿਹੜਾ ਜਾਂ ਪਿਛਲੇ ਸਮੇਂ ਦਾ ਜਿਹੜਾ ਬਕਾਇਆ ਖੜਾ ਸੀ ਕੋਰੋਨਾ ਦੇ ਵਿੱਚ 2020 ਦਾ, ਉਹ ਅਸੀਂ ਮਾਫ਼ ਕਰ ਦਿੱਤਾ ਹੈ। ਇਹਦੇ ਵਿੱਚ 60,000 ਥ੍ਰੀ ਵੀਲਰ ਟੈਕਸੀ ਓਪਰੇਟਰ ਆਉਂਦੇ ਹੈ, ਉਹਨਾਂ ਨੂੰ ਰਾਹਤ ਮਿਲਣੀ ਹੈ ਅਤੇ ਥ੍ਰੀ ਵੀਲਰਾਂ ਵਾਲਿਆਂ ਦਾ ਅੱਗੇ ਨੂੰ ਵੀ ਟੈਕਸ ਮਾਫ਼ ਕਰ ਦਿੱਤਾ ਹੈ ਅਤੇ ਪੁਰਾਣਾ ਬਕਾਇਆ ਵੀ ਮਾਫ਼ ਕਰ ਦਿੱਤਾ ਗਿਆ ਹੈ। ਜਿਹੜੀਆਂ ਉਹਨਾਂ 'ਤੇ ਜੁਰਮਾਨੇ ਹੋਏ ਸੀ, ਲਗਭਗ 30,000 ਥ੍ਰੀ ਵੀਲਰ ਵਾਲੇ ਹੈ
ਉਹਨਾਂ ਦੇ ਜੁਰਮਾਨੇ ਮਾਫ ਕਰਨ ਦਾ ਸਰਕਾਰ ਨੇ ਫੈਸਲਾ ਕਰ ਲਿਆ। ਕਾਨੂੰਨੀ ਅੜਚਣ ਸੀਗੀ, ਲੋਕ ਅਦਾਲਤ ਲਾ ਕੇ ਉਹਨਾਂ ਦਾ ਜੇ 10,000 ਵੀ ਜੁਰਮਾਨਾ ਹੈ ਤਾਂ 1 ਰੁਪਿਆ ਜੁਰਮਾਨਾ ਉਹਨਾਂ ਤੋਂ ਲੈ ਕੇ ਕਾਨੂੰਨੀ ਅੜਚਣ ਦੂਰ ਕਰਕੇ ਮਾਫ ਕਰ ਦਿੱਤਾ ਜਾਏਗਾ। ਮਿੰਨੀ ਬੱਸਾਂ ਤੇ ਟੈਕਸ ਪਹਿਲਾਂ 30,000 ਸੀ, ਹੁਣ ਪੰਜਾਬ ਸਰਕਾਰ ਨੇ 20,000 ਕਰ ਦਿੱਤਾ ਹੈ ਸਾਲ ਦਾ। ਇਹ ਜਿਹੜਾ ਮੈਂ ਤੁਹਾਨੂੰ 60,000 ਗੱਡੀਆਂ ਦੱਸੀਆਂ, ਉਹਨਾਂ 'ਚ ਧਾਰਮਿਕ ਸੰਸਥਾਵਾਂ ਦੀਆਂ ਗੱਡੀਆਂ ਨੂੰ ਵੀ ਛੋੜ ਦਿੱਤੀ ਗਈ ਹੈ ਮੋਟਰ ਵਹੀਕਲ ਐਕਟ ਦੇ ਵਿੱਚ ਕਰੋਨਾ ਦੇ ਟਾਈਮ ਦੇ ਟੈਕਸ ਦੀ। ਸੋ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਆਏ, ਇਹ ਤੁਹਾਨੂੰ ਜਾਣਕਾਰੀ ਦੇਣੀ ਸੀ। ਇਸ ਤੋਂ ਇਲਾਵਾ 2-3 ਅਹਿਮ ਫੈਸਲੇ ਅਸੀਂ ਲਏ ਹੈ ਜਿਹੜੇ ਕਿ ਪਰਸੋਂ ਨੂੰ ਦੁਬਾਰੇ ਕੈਬਨਿਟ ਦੇ ਵਿੱਚ ਪਾਸ ਹੋਣਗੇ। ਉਹਦੇ ਵਿੱਚ ਕਿਉਂਕਿ ਕ੍ਰਿਸਮਿਸ ਆ ਰਹੀ ਹੈ, ਕ੍ਰਿਸਚਨ ਭਰਾਵਾਂ ਨੇ ਡਿਮਾਂਡ ਕੀਤੀ ਹੈ ਕਿ ਯਿਸੂ ਮਸੀਹ ਜੀ ਦੇ ਨਾਮ 'ਤੇ ਚੇਅਰ ਸਥਾਪਿਤ ਕੀਤੀ ਜਾਵੇ। ਸੋ ਉਹ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਯਿਸੂ ਮਸੀਹ ਜੀ ਦੇ ਨਾਮ 'ਤੇ ਉਹਨਾਂ ਦੀ ਜੀਵਨੀ ਬਾਰੇ, ਉਹਨਾਂ ਦੀਆਂ ਸਿੱਖਿਆਵਾਂ ਬਾਰੇ, ਬਾਈਬਲ ਦੇ ਵਿੱਚ ਉਹਨਾਂ ਨੇ ਕਿਹਾ ਸੰਦੇਸ਼ ਦਿੱਤੇ ਹੈ ਉਹਦੇ ਬਾਰੇ ਇੱਕ ਪੂਰੀ ਰਿਸਰਚ ਅਤੇ ਚੇਅਰ ਸਥਾਪਿਤ ਕੀਤੀ ਜਾਏਗੀ। ਇਸ ਤੋਂ ਇਲਾਵਾ ਹਰ ਮੁਸਲਿਮ ਅਤੇ ਕ੍ਰਿਸਚਨ ਬਰਾਦਰੀ ਨੂੰ ਜਿੱਥੇ ਜਿੱਥੇ ਗ੍ਰੇਵਯਾਰਡ ਦੀ ਜ਼ਰੂਰਤ ਹੈ ਉਹ ਪੰਜਾਬ ਸਰਕਾਰ ਬਣਾ ਕੇ ਦੇਵੇਗੀ। ਤੀਸਰਾ ਇੱਕ ਅਹਿਮ ਫੈਸਲਾ ਪੰਜਾਬ ਸਰਕਾਰ ਕਰ ਰਹੀ ਹੈ ਕਿ ਗੀਤਾ, ਭਗਵਤ ਗੀਤਾ ਅਤੇ ਰਮਾਇਣ ਇਹਨਾਂ 'ਤੇ ਇੱਕ ਅਧਿਐਨ ਸੈਂਟਰ ਪਟਿਆਲੇ ਦੇ ਵਿੱਚ ਪੰਜਾਬ ਸਰਕਾਰ ਬਣਾ ਰਹੀ ਹੈ। ਜਿਹੜੀ ਓਪਨ ਯੂਨੀਵਰਸਿਟੀ ਦੀ ਜਗ੍ਹਾ ਹੈ ਉਹਦੇ ਨਾਲ ਉਸੇ ਜਗ੍ਹਾ ਦੇ ਵਿੱਚ ਵੱਖਰੀ ਇੱਕ ਜਗ੍ਹਾ ਅਲਾਟ ਕਰਕੇ ਉਹਦੇ 'ਚ ਅਧਿਐਨ ਸੈਂਟਰ ਬਣਾਇਆ ਜਾ ਰਿਹਾ। ਅਤੇ ਇੱਕ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਡੇਰਾ ਬੱਲਾ ਵਿਖੇ ਪਟਿਆਲੇ ਜਿਹੜਾ ਅਧਿਐਨ ਸੈਂਟਰ ਬਣ ਰਿਹਾ ਉਹਦੇ ਵਾਸਤੇ 10 ਕਰੋੜ ਰੁਪਏ ਭੇਜੇ ਜਾ ਰਹੇ। ਡੇਰਾ ਬੱਲਾ ਵਿਖੇ ਗੁਰੂ ਰਵਿਦਾਸ ਜੀ ਦੀ ਜੀਵਨੀ 'ਤੇ ਇੱਕ ਅਧਿਐਨ ਸੈਂਟਰ ਬਣਾਇਆ ਜਾਏਗਾ ਜਿਹਦੇ ਵਾਸਤੇ ਵੱਖਰੇ ਤੌਰ 'ਤੇ ਉੱਥੇ 100 ਏਕੜ ਜ਼ਮੀਨ ਖਰੀਦੀ ਜਾ ਰਹੀ। ਸੋ ਇਹ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਕਰ ਜਾ ਰਹੀ ਹੈ ਕਿ ਜਨਰਲ ਕਾਸਟ ਵਾਸਤੇ ਕਮਿਸ਼ਨ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਹੈ ਜਿਹੜਾ ਕਿ ਪਰਸੋਂ ਨੂੰ ਕੈਬਨਿਟ ਦੇ ਵਿੱਚ ਪਾਸ ਕੀਤਾ ਜਾਏਗਾ। ਇਹ ਸਾਡੇ ਨਵੇਂ ਫੈਸਲੇ ਹੈ ਅਤੇ ਨਵੀਆਂ ਰਾਹਤਾਂ ਪੰਜਾਬ ਦੇ ਲੋਕਾਂ ਨੂੰ ਅਤੇ ਨਵੀਂ ਪੋਲਿਸੀ ਜਿਹੜੀ ਹੈ ਉਹ ਤੁਹਾਨੂੰ ਮੈਂ ਦੱਸੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਥੇਬੰਦੀਆਂ ਨੇ ਮੀਟਿੰਗ ਵਾਸਤੇ ਟਾਈਮ ਮੰਗਿਆ, ਅਸੀਂ 17 ਤਰੀਕ ਤੈਅ ਕੀਤੀ ਸੀ ਲੇਕਿਨ ਅੱਜ ਕੁਝ ਜਥੇਬੰਦੀਆਂ ਦੇ ਟਾਈਮ ਗੱਲ ਆਈ ਹੈ ਕਿ ਅਸੀਂ 17 ਤਰੀਕ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਾ ਹੈ, ਇਸ ਕਰਕੇ ਇਹ ਤਰੀਕ ਹੈ ਜਿਹੜੀ 20 ਤਰੀਕ ਕਰ ਦਿੱਤੀ ਜਾਵੇ। 20 ਤਰੀਕ ਨੂੰ ਹੁਣ ਸਾਡੀ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਏਗੀ ਕਿਸਾਨਾਂ ਦੇ ਕਰਜ਼ੇ ਬਾਰੇ ਅਤੇ ਹੋਰ ਸਮੱਸਿਆਵਾਂ ਬਾਰੇ। ਉਹਦੇ ਵਿੱਚ ਕਿਸਾਨਾਂ ਦੀ ਭਾਵਨਾਵਾਂ ਨੂੰ ਦੇਖ ਕੇ ਫੈਸਲਾ ਲਿਆ ਜਾਏਗਾ। ਜਿਹੜੀ ਐਸਟੀਐਲ ਦੀ ਉਹ ਚਿੱਠੀ ਹੈ ਖਾਨ ਸਾਹਿਬ ਦੀ ਬਾਹਰ ਵਾਇਰਲ ਹੋਈ ਹੈ ਔਰ ਉਹਨੇ ਗੱਲ ਕਹੀ ਹੈ ਕਿ ਇਹਦੇ ਵਿੱਚ ਕੁਛ ਹੈ ਨਹੀਂ ਤਾਂ ਪੱਕੀ ਐਕਸ਼ਨ ਲੈ ਸਕਦੇ ਹੈ ਅਸਥਾਨਾ ਜੀ ਦੀ ਜਿਹੜੀ ਰਿਪੋਰਟ ਲੀਕ ਹੋਈ ਹੈ ਉਹਦੇ ਤੇ ਅਸੀਂ FIR ਦਰਜ ਕਰਾ ਰਹੇ ਔਰ ਪਤਾ ਕਰ ਰਹੇ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਲੀਕ ਕੀਤੀ ਗਈ ਹੈ, ਫਾਈਲਾਂ ਨੂੰ ਕਿਸ ਤਰ੍ਹਾਂ ਲੀਕ ਹੋਇਆ, ਕਿਸ ਤਰ੍ਹਾਂ ਤਰੀਕੇ ਦੇ ਨਾਲ ਉਹ ਛੁੱਟੀ ਪਰ ਗਏ ਹੈ ਸਾਰਾ ਕੁਛ। ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਡਾਕੂਮੈਂਟ ਹੈ ਕਿਸ ਤਰ੍ਹਾਂ ਲੀਕ ਹੋਇਆ ਉਹਦੇ 'ਤੇ FIR ਦਰਜ ਹੋ ਕੇ ਤਹਿਕੀਕਾਤ ਕੀਤੀ ਜਾਏਗੀ। ਸੀਐਮ ਸਾਹਿਬ ਇੱਕ ਤੁਸੀਂ ਕਿਹਾ 36,000 ਇੰਪਲਾਈਜ਼ ਨੂੰ ਰੈਗੂਲਰ ਕਰਨਾ ਹੈ, ਨੋਟੀਫਿਕੇਸ਼ਨ ਇਸ ਤਰ੍ਹਾਂ ਹੈ ਕਿ ਗਵਰਨਰ ਸਾਹਿਬ ਕੋਲ 2 ਵਾਰ ਫੈਲ ਜਾਂਦੀ ਹੈ
फैल गई हुई है, कुछ दिन आ जाएगी, सानू पूरी आस है, अभी पिछे लगे हुए ना डरनी, किसी 5-7 दिन विच उन्होंने पक्के कर दे, उन्होंने अपॉइंटमेंट लेटर दे देना। अज भी डिस्कशन हुई है, चल रही कमेटी बनाई है, अभी 2-4 दिन रिपोर्ट दे देंगे हायर एजुकेशन के मिनिस्टर साहब को। उसे बंदे दी हाथ लिख चिट्ठी एक होर भी हैगी है, रिपोर्ट वो अजे प्रेस दे सामने नहीं आई, वो जेड़ा थोड़े वाली जेड़ी इस टाइम जेड़े बंदियां नूं डर है कि उन्हां ते कारवाई होएगी, जेड़ियां बड़ियां मच्छियां नशियां दे विच जिहड़ियां नूं हुण भंबल पुसा पिया होया, भज्जण लगे हुए, जिहड़ियां नूं रात नूं नींद नहीं आती ते साडे अफसरां नूं धमकियां दे रहे, उन्हां ने लीक कीती सी, लेकिन वह बहुत छोटा पोर्शन है, वह पोर्शन का महत्व कोई नहीं है, उस तो अगे ते पिछे का महत्व है जिहड़ी असली रिपोर्ट है। ਚੰਨੀ ਸਾਹਿਬ ਕੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਊਗੀ? ਮੈਂ ਕੋਈ ਨਹੀਂ ਹੈ ਕਿਸੇ ਦੀ ਗ੍ਰਿਫਤਾਰੀ ਕਰਨ ਵਾਲਾ, ਨਾ ਹੀ ਮੈਂ ਕਿਸੇ ਦੀ ਖਾਸ ਬੰਦੇ ਵਿਅਕਤੀ ਦੇ ਉੱਤੇ ਗੱਲ ਕਰਨਾ। ਕਾਨੂੰਨ ਆਪਣਾ ਤਰੀਕਾ ਅਪਣਾ ਰਿਹਾ, ਕਾਨੂੰਨ ਨੇ ਆਪਣੇ ਤਰੀਕੇ ਦੇ ਨਾਲ ਕੰਮ ਕਰਨਾ ਹੈ। ਮੈਂ ਤੁਹਾਨੂੰ ਕਿਸੇ ਦਾ ਨਾਮ ਨਹੀਂ ਲਿਆ, ਮੈਂ ਕਿਹਾ ਨਸ਼ੇ ਦੀਆਂ ਵੱਡੀਆਂ ਮੱਛੀਆਂ ਨੂੰ ਬਖਸ਼ਿਆ ਨਹੀਂ ਜਾਏਗਾ, ਤੇ ਵੱਡੀਆਂ ਮੱਛੀਆਂ ਦੇ ਵਿੱਚ ਤੁਸੀਂ ਆਪਣੇ ਤਰੀਕੇ ਨਾਲ ਕਿਸੇ ਦਾ ਨਾਮ ਲੈ ਰਹੇ। ਤੁਹਾਨੂੰ ਮੈਂ ਇਹ ਕਹਿ ਰਿਹਾ ਕਿ ਆਪਣੀ ਆਪਣੀ ਸੋਚ ਹੈ, ਇਸੇ ਕਰਕੇ ਜਿਨ੍ਹਾਂ ਦੀ ਦਾੜੀ ਦੇ ਵਿੱਚ ਤਿਣਕਾ ਹੈ, ਜਿਹੜਿਆਂ ਬੰਦਿਆਂ ਨੇ ਸਾਰੇ ਕੁਕਰਮ ਕੀਤੇ ਹੈ, ਉਹ ਕੋਰਟ ਦੇ ਵਿੱਚ ਵੀ ਬੈਠੇ ਜਾਂਦੇ ਹੈ, ਉਹੀ ਜਾ ਰਹੇ ਹੈ ਕੋਰਟ ਦੇ। ਕੋਰਟ ਨੇ ਉਹਨਾਂ ਨੂੰ ਕਿਹਾ ਕਿ ਤੂੰ ਕੌਣ ਹੈ ਭਾਈ, ਤੈਨੂੰ ਡਰ ਹੈ ਕੋਈ ਅੰਦਰ, ਤਾਂ ਤੂੰ ਆਇਆ, ਤੂੰ ਕਰਨੇ ਵਾਲਾ ਸਾਰਾ ਕੁਛ, ਇਹ ਕੋਰਟ ਨੇ ਉਹਨਾਂ ਨੂੰ ਕਿਹਾ। ਔਰ ਉਹੀ ਲੋਕ ਅੱਜ ਸਾਡੇ ਅਫਸਰਾਂ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕਰ ਰਹੇ। ਪੰਜਾਬ ਪੁਲਿਸ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਹੋਏ ਆ, ਤਾਂ ਇਹ ਵੀ ਕਰੇਗੀ। ਸੀਐਮ ਸਾਹਿਬ ਸੁਖਬੀਰ ਸਿੰਘ ਬਾਦਲ ਹਰ ਇੱਕ ਮੰਚ ਤੇ ਹੁਣ ਇਹੀ ਗੱਲ ਕਰ ਰਹੇ ਨੇ ਕਿ ਪੰਜਾਬ 'ਚ ਜਿਹੜੀ ਤੁਹਾਡੀ ਸਰਕਾਰ ਹੈ ਉਹ ਉਹਨਾਂ ਨੂੰ ਔਰ ਵਿਕਰਮ ਮਜੀਠੀਆ ਨੂੰ ਡੱਕਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਝੂਠੇ ਮਾਮਲੇ ਜਿਹੜੇ ਨੇ, ਝੂਠੇ ਗਵਾਹ ਜਿਹੜੇ ਨੇ ਉਹ ਤਿਆਰ ਕਰਾਏ ਜਾ ਰਹੇ ਨੇ। ਉਹ ਇਹ ਵੀ ਕਹਿ ਰਹੇ ਨੇ ਕਿ ਇਸ ਲਈ ਅਫਸਰਾਂ 'ਤੇ ਵੀ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਪਰਚੇ ਦਰਜ ਕਰੋ ਅਤੇ ਉਹਨਾਂ ਨੂੰ ਅੰਦਰ ਡੱਕੋ। ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਇੰਨੇ ਡਰੇਵੇ ਖਾਤੇ ਹੈ, ਇੰਨੇ ਕਿਉਂ ਡਰਦੇ ਆ? ਜਦੋਂ ਗਲਤ ਕੰਮ ਕਰਦੇ ਸੀ ਉਦੋਂ ਨਹੀਂ ਸੋਚਣਾ ਸੀ? ਇਸ ਕਰਕੇ ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਕੋਈ ਇਹੋ ਜਿਹੀ ਸੋਚ ਨਹੀਂ ਹੈ। ਜਿਹੜੇ ਬੰਦਿਆਂ ਨੇ ਬੇਅਦਬੀ ਕਰਾਈ ਹੈ ਉਹ ਸਾਹਮਣੇ ਆਉਣਗੇ, ਜਿਨ੍ਹਾਂ ਨੇ ਨਸ਼ੇ ਵੇਚੇ ਹੈ, ਨਸ਼ੇ ਵਿਕਵਾਏ ਹੈ, ਉਹਨਾਂ ਦੀ ਸਰਪ੍ਰਸਤੀ ਕੀਤੀ ਹੈ, ਪੰਜਾਬ ਦੇ ਨੌਜਵਾਨੀ ਨੂੰ ਗਾਲਿਆ ਹੈ, ਉਹ ਲੋਕ ਸਾਹਮਣੇ ਆਉਣੇ ਚਾਹੀਦੇ ਹੈ। ਔਰ ਸਾਡੀ ਇਹ ਮੋਰਲ ਦੇ ਨਾਲ ਨਾਲ ਇੱਕ ਡਿਊਟੀ ਹੈ, ਅਸੀਂ ਜੇ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਹੈ ਕਿ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਸਹੀ ਕਾਨੂੰਨ ਕਰੀਏ ਤਾਂ ਕਾਨੂੰਨ ਸਹੀ ਕੰਮ ਹੀ ਕਰੇਗਾ, ਕਦੇ ਕਿਤੇ ਵੀ ਝੁਕਾਂਗੇ ਨਹੀਂ, ਲੀਫਾਂਗੇ ਨਹੀਂ, ਡਰਾਂਗੇ ਨਹੀਂ। ਜਿੰਨਾ ਜੀਵਨ ਹੈ ਇਮਾਨਦਾਰੀ ਔਰ ਨੇਕ ਨੀਤੀ ਨਾਲ ਕਿਸੇ ਨੂੰ ਗਲਤ ਫਸਾਉਣਾ ਨਹੀਂ, ਲੇਕਿਨ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ, ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ, ਉਹ ਬਖਸ਼ੇ ਜਾਣ, ਇਹ ਵੀ ਸਾਡਾ ਕੋਈ। ਇਹ ਕਦੋਂ ਤੱਕ ਹੋਜੂਗੀ ਕਾਰਵਾਈ? ਇਹ ਦੇਖੋ ਇਹ ਕਾਨੂੰਨ ਹੈ, ਅਗਲੇ ਹਾਈ ਕੋਰਟ ਵਿੱਚ ਵੀ ਪੰਗੇ ਲੈ ਰਹੇ ਹੈ, ਅੜਿੱਕੇ ਉਡਾ ਰਹੇ ਹੈ, ਅਫਸਰਾਂ ਨੂੰ ਵੀ ਚੱਕ ਚਕਾਈ ਹੋ ਰਹੀ ਹੈ ਕਿਸੇ ਨੂੰ, ਤੁਹਾਨੂੰ ਸਾਰਾ ਕੁਛ ਪਤਾ ਹੈ ਯਾਰ, ਤੁਸੀਂ ਮੈਨੂੰ ਪੁੱਛਦੇ ਹੋ। ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਅਸੀਂ ਰੋਕੇ ਨਹੀਂ ਸਰਕਾਰ ਨੂੰ ਕਾਰਵਾਈ ਕਰਨ ਤੋਂ, ਫਿਰ ਅਸੀਂ ਕਿਹੜੇ ਰੁਕ ਰਹੇ ਹੈ?